ਜਗ ਪੰਜਾਬੀ ਟੀਵੀ ਵੇਖਣ ਵਾਲੇ ਸਾਰੇ ਇਸ਼ਤਤਕਾਰਯੋਗ ਦਰਸ਼ਕਾਂ ਨੂੰ ਸਤਿੰਦਰ ਸਿੰਘ ਵੱਲੋਂ ਪਿਆਰ ਭਰੀ ਸਤਸ੍ਰੀ ਅਕਾਲ ਦੋਸਤੋ ਵਾਦੀ ਦੇ ਮੁਤਾਬਕ ਫਿਰ ਅਸੀਂ ਇੱਕ ਨਵੀਂ ਸੀਰੀਜ਼ ਲੈ ਕੇ ਹਾਜ਼ਰ ਹਾਂ ਇਸ ਨਵੀਂ ਲੜੀ ਵਿੱਚ ਅਸੀਂ ਜਿਹੜਾ ਤੁਹਾਡੇ ਨਾਲ ਸਾਂਝ ਕਰਾਂਗੇ ਪੰਜਾਬੀ ਦੇ ਕੁਝ ਸ਼ਬਦਾਂ ਦੀ ਕੁਝ ਸ਼ਬਦ ਜਿਹੜੇ ਹੈ ਕਿ ਹੁਣ ਵੀ ਲੋਕੀ ਵਰਤਦੇ ਨੇ ਹੁਣ ਵੀ ਜਾਣਦੇ ਨੇ ਖਾਸ ਕਰਕੇ ਜਿਹੜੇ ਪਿੰਡਾਂ ਦੇ ਵਿੱਚ ਰਹਿੰਦੇ ਨੇ ਪਰ ਬਹੁਤ ਸਾਰੇ ਜਿਹੜੇ ਪੰਜਾਬੀ ਤੁਹਾਨੂੰ ਪਤਾ ਹੈ ਕਿ ਸਾਰੀ ਦੁਨੀਆ ਦੇ ਵਿੱਚ ਜਿਹੜੇ ਆ ਗਿਨ ਫੈਲ ਚੁੱਕੇ ਹੈਗੇ ਨੇ ਤੇ ਕਈ ਵਾਰੀ ਉਹ ਚੀਜ਼ਾਂ ਤੋਂ ਟੁੱਟ ਗਏ ਨੇ ਪਿੰਡੂ ਸੱਭਿਆਚਾਰ ਤੋਂ ਟੁੱਟ ਗਏ ਜਾਂ ਪਿੰਡੂ ਜਿਹੜਾ ਮਾਹੌਲ ਹੁੰਦਾ ਉਹਦੇ ਤੋਂ ਟੁੱਟ ਗਏ ਹੈਗੇ ਨੇ ਪਲੱਸ ਕਿਉਂਕਿ ਅੱਜ ਕੱਲ ਗਲੋਬਲਾਈਜੇਸ਼ਨ ਹੋ ਗਈ ਆ ਸਾਰੇ ਇੰਟਰਨੈਟ ਨੂੰ ਯੂਜ਼ ਕਰਨ ਲੱਪੇ ਹੈਗੇ ਨੇ ਈਵਨ ਮੇਰੀ ਭਾਸ਼ਾ ਵੀ ਤੁਸੀਂ ਸੁਣੋਗੇ ਤੇ ਇਹਦੇ ਵਿੱਚ ਮਿਕਸ ਜੀਆਂ ਤਿੰਨ ਚਾਰ ਪਛਾਵਾਂ ਜਿਹੜੀਆਂ ਮਿਕਸ ਹੋ ਕੇ ਮੈਂ ਬੋਲ ਰਿਹਾ ਹੈਗਾ ਤੋ ਕਿਉਂਕਿ ਸਾਰੀ ਦੁਨੀਆ ਇੱਕ ਹੋ ਰਹੀ ਹੈਗੀ ਆ ਇਸ ਕਰਕੇ ਜਿਹੜੇ origignal ਸ਼ਬਦ ਸੀ ਜਿਹੜੇ ਪੁਰਾਣੇ ਸ਼ਬਦ ਸੀ ਉਹ ਵੀ ਜਿਹੜੇ ਹਨ ਅਲੋਪ ਹੁੰਦੇ ਜਾ ਰਹੇ ਨੇ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਉਹਨਾਂ ਸ਼ਬਦਾਂ ਨੂੰ ਯਾਦ ਕਰਾਂਗੇ ਜਿਹੜੇ ਕਿ ਹੁਣ ਵੀ ਪੰਜਾਬ ਦੇ ਪਿੰਡਾਂ ਦੇ ਵਿੱਚ ਵਰਤੇ ਜਾਂਦੇ ਨੇ ਪਰ ਆਮ ਭਾਸ਼ਾ ਦੇ ਵਿੱਚ ਜਿਹੜਾ ਕਿ ਕਈ ਵਰੀ ਨਹੀਂ ਅਸੀਂ ਵਰਤਦੇ ਹੈ ਕਿ ਜਾਂ ਸ਼ਹਿਰਾਂ ਦੇ ਵਿੱਚ ਜਿਹੜੇ ਲੋਕ ਰਹਿੰਦੇ ਨੇ ਜਾਂ ਬਾਕੀ ਵਿਦੇਸ਼ਾਂ ਦੇ ਵਿੱਚ ਜਿਹੜੇ ਪੰਜਾਬੀ ਵੱਸਦੇ ਨੇ ਸ਼ਾਇਦ ਉਹਨਾਂ ਸ਼ਬਦਾਂ ਤੋਂ ਜਿਹੜੇ ਹਨ ਉਹ ਅਨਜਾਨ ਹੈਗੇ ਨੇ ਪਰ ਇਹ ਸ਼ਬਦ ਜਿਹੜੇ ਹਨ ਗਾਣਿਆਂ ਦੇ ਵਿੱਚ ਫਿਲਮਾਂ ਦੇ ਵਿੱਚ ਇੱਧਰ ਉੱਧਰ ਸਾਨੂੰ ਤੁਹਾਨੂੰ ਮਿਲਦੇ ਨੇ ਆਪਣੀ ਇੱਕ ਕੋਸ਼ਿਸ਼ ਰਹੇਗੀ ਕਿ ਅਸੀਂ ਉਹਨਾਂ ਸ਼ਬਦਾਂ ਦਾ ਇੱਥੇ ਜ਼ਿਕਰ ਕਰੀਏ ਤਾਂ ਕਿ ਉਹ ਸਾਹਮੇ ਰਹਿਣ ਤੇ ਹਰ ਪ੍ਰੋਗਰਾਮ ਦੇ ਵਿੱਚ ਜਿਹੜਾ ਹੈਗਾ ਕਿ ਅਸੀਂ ਕੋਸ਼ਿਸ਼ ਕਰਾਂਗੇ ਕੁਝ ਸ਼ਬਦ 5 4 6 7 8 ਜਿੰਨੇ ਵੀ ਜਿਹੜੇ ਹਨ ਸ਼ਬਦ ਉਹ ਤੁਹਾਡੇ ਨਾਲ ਸਾਂਝ ਕਰਾਂਗੇ ਤੇ ਇਹ ਜਿਹੜੀ ਹੈ ਸੀਰੀਜ਼ ਸਾਡੇ ਵੱਲੋਂ ਕਾਫੀ ਲੰਬੀ ਚੱਲੇਗੀ ਤੇ ਕਾਫੀ ਜੜੇ ਹਨ ਅਸੀਂ ਪ੍ਰੋਗਰਾਮ ਤੁਹਾਡੇ ਨਾਲ ਸਾਂਝੇ ਕਰਾਂਗੇ ਇਸੇ ਤਰ੍ਹਾਂ ਸਾਡੇ ਨਾਲ ਜਿਹੜਾ ਹੈਗਾ ਤੁਸੀਂ ਜੁੜੇ ਰਹਿਣਾ ਤੇ ਅੱਜ ਇਸ ਪਹਿਲੇ ਐਪੀਸੋਡ ਦੇ ਵਿੱਚ ਅਸੀਂ ਗੱਲ ਕਰਾਂਗੇ ਰਸੋਈ ਦੀ ਹੁਣ ਜਦੋਂ ਰਸੋਈ ਸ਼ਬਦ ਆਪਾਂ ਬੋਲ ਰਹੇ ਹੈਗੀਆਂ ਤੇ ਇਹ ਰਸੋਈ ਦਾ ਮਤਲਬ ਹੁੰਦਾ ਕਿ ਕਿਚਨ ਠੀਕ ਹੈ ਅੱਜ ਕੱਲ ਬਹੁਤੇ ਲੋਕੀ ਕਿਚਨ ਹੀ ਕਹਿ ਲੱਪੇ ਨੇ ਇਵੇਂ ਨੇ ਕਿ ਪਿੰਡਾਂ ਦੇ ਵਿੱਚ ਵੀ ਕਿਚਨ ਯੂਜ਼ ਕੀਤਾ ਜਾਂਦਾ ਹੈਗਾ ਪਰ ਰਸੋਈ ਉਹ ਜਿੱਥੇ ਬਈ ਕਿਚਨ ਦਾ ਜਿਹੜਾ ਕੰਮ ਹੁੰਦਾ ਹੈਗਾ ਤੁਸੀਂ ਸਮਝੇਗੇ ਜਿਹੜਾ ਖਾਣਾ ਤਿਆਰ ਹੁੰਦਾ ਹੈਗਾ ਜਿਸ ਜਗ੍ਹਾ ਤੇ ਉਹਨੂੰ ਆਪਾਂ ਰਸੋਈ ਕਹਿ ਦਿੰਦੇ ਹੈਗੇ ਆ ਤੋ ਇੱਕ ਵੱਖਰੀ ਤਰ੍ਹਾਂ ਦਾ ਕਮਰਾ ਹੁੰਦਾ ਸੀ ਬਹੁਤਾ ਕਰਕੇ ਪਿੰਡਾਂ ਦੇ ਵਿੱਚ ਹੁਣ ਤੇ ਜਿਹੜਾ ਹੈਗਾ ਕਿ ਉਹ ਸ਼ਹਿਰੀ ਨਕਸ਼ੇ ਬਣ ਗਏ ਪਹਿਲਾਂ ਜਿਹੜੀ ਹੈ ਘਰ ਤੋਂ ਬਾਹਰ ਜਿਹੜੀ ਹੈ ਕਿ ਆ ਰਸੋਈ ਹੁੰਦੀ ਸੀ ਵੱਖਰਾ ਕਮਰਾ ਹੁੰਦਾ ਸੀ ਜਿਹਨੂੰ ਆਪਾਂ ਰਸੋਈ ਕਹਿ ਦਿੰਦੇ ਸੀ ਅਲੱਗ-ਅਲੱਗ ਏਰੀਆ ਦੇ ਵਿੱਚ ਉਹਨੂੰ ਅਲੱਗ-ਅਲੱਗ ਨਾਮ ਵੀ ਦਿੱਤੇ ਜਾਂਦੇ ਸੀ ਕੋਈ ਢਾਰੀ ਵੀ ਕਹਿ ਦਿੰਦਾ ਸੀ ਕੋਈ ਚਲਾਨੀ ਵੀ ਕਹਿ ਦਿੰਦਾ ਸੀ ਮੈਂ ਜਿਹੜਾ ਹੈਗਾ ਕਿ ਮੇਰਾ ਜਨਮ ਹੋਇਆ ਦੁਆਬੇ ਦੇ ਵਿੱਚ ਦੁਆਬੇ ਦੇ ਵਿੱਚ ਹੀ ਮੇਰੀ ਪੜ੍ਹਾਈ ਲਿਖਾਈ ਹੋਈ ਹੈ ਕੀ ਆ ਜਿਆਦਾ ਚਿਰ ਮੈਂ ਦੁਆਬੇ ਦੇ ਵਿੱਚ ਵੀ ਰਿਹਾ ਹਾਲਾਂਕਿ ਮਾਲਵੇ ਦੇ ਵਿੱਚ ਵੀ ਕੁਝ ਚਿਰ ਮੈਂ ਰਿਹਾ ਹੈਗਾ ਪਰ ਮੇਰੀ ਜਿਹੜੀ ਤੁਸੀਂ ਬੋਲੀ ਸੁਣੋਗੇ ਭਾਸ਼ਾ ਸੁਣੋਗੇ ਤਾਂ ਉਹਦੇ ਵਿੱਚ ਬਹੁਤ ਹੀ ਕਰਕੇ ਦੁਆਬੀ ਤੁਹਾਨੂੰ ਸੁਣਨ ਨੂੰ ਮਿਲੇਗੀ ਤੋਂ ਦੁਆਬੇ ਦੇ ਵਿੱਚ ਜਿਹੜੀ ਆ ਉਹਨੂੰ ਰਸੋਈ ਕਿਹਾ ਜਾਂਦਾ ਜਿੱਥੇ ਅਸੀਂ ਖਾਣਾ ਤਿਆਰ ਕਰਦੇ ਆ ਜੇ ਆਪਾਂ ਰਸੋਈ ਦੀ ਹੀ ਗੱਲ ਕਰੀਏ ਤੇ ਜਿਹਦੇ ਵਿੱਚ ਅੱਗ ਬਾਲ ਕੇ ਰੋਟੀ ਬਣਾਈ ਜਾਂਦੀ ਸੀ ਉਹਨੂੰ ਚੁੱਲ੍ਹਾ ਕਹਿੰਦੇ ਸੀ ਕਿਉਂ ਚੁੱਲ੍ਹਾ ਅੱਜ ਕੱਲ ਤੇ ਆਪਾਂ ਚੁੱਲ੍ਹਾ ਕਹਿੰਦੇ ਨਹੀਂ ਆ ਬਰਨਰ ਕਹਿ ਦਿੰਨੇ ਆ ਗੈਸ ਕਹਿ ਦਿੰਨੇ ਆ ਸਟੋਵ ਕਹਿ ਦਿੰਨੇ ਹੈਗੇ ਆ ਪਰ ਚੁੱਲ੍ਹੇ ਦਾ ਮਤਲਬ ਜਿਹੜਾ ਸਟੋਵ ਜਿੱਥੇ ਅੱਗ ਬਾਲੀ ਜਾਂਦੀ ਸੀ ਉਹਨੂੰ ਆਪਾਂ ਚੁੱਲ੍ਹਾ ਕਹਿੰਦੇ ਸੀ ਜੇ ਆਪਾਂ ਹੁਣ ਰੋਟੀ ਪਕਾਉਣ ਦੀ ਗੱਲ ਕਰੀਏ ਤੇ ਰੋਟੀ ਪਕਾਉਣ ਵਾਸਤੇ ਸਭ ਤੋਂ ਪਹਿਲਾਂ ਆਟਾ ਗੁੰਨਣਾ ਪੈਂਦਾ ਹੈ ਤੋ ਆਟਾ ਕਿਦੇ ਵਿੱਚ ਗੁੰਨਿਆ ਜਾਂਦਾ ਸੀ ਪ੍ਰਾਤ ਦੇ ਵਿੱਚ ਜਿਹੜੇ ਵੱਡਾ ਸਾਰਾ ਇੱਕ ਮੁੰਡਾ ਖਾਸ ਕਰਕੇ ਪਰਾਸ ਦਾ ਪਤਲ ਦਾ ਇੱਕ ਭਾਂਡਾ ਹੁੰਦਾ ਸੀ ਬਾਅਦ ਚ ਸਟੀਲ ਦੇ ਵੀ ਆ ਗਏ ਤਾਂ ਵੱਡਾ ਸਾਰਾ ਭਾਂਡਾ ਖੁੱਲਾ ਭਾਂਡਾ ਜਿਹੜਾ ਓਪਨ ਹੈਗਾ ਉਹ ਪ੍ਰਾਤ ਹੁੰਦਾ ਹੈਗਾ ਤੇ ਪ੍ਰਾਤ ਕੀ ਜਿਹਦੇ ਵਿੱਚ ਅਸੀਂ ਆਟਾ ਗੁੰਨਦੇ ਹੁੰਦੇ ਉਹਨੂੰ ਪ੍ਰਾਤ ਕਹਿੰਦੇ ਸੀ ਤਾਂ ਜਦੋਂ ਆਪਾਂ ਆਟਾ ਗੁੰਨ ਲਿਆ ਤੇ ਇਸ ਆਟੇ ਨੂੰ ਜੇ ਆਪਾਂ ਕਿਸੇ ਨਾਲ ਢੱਕਦੇ ਸੀ ਤੇ ਉਹਨੂੰ ਆਪਾਂ ਪੋਣਾ ਕਹਿੰਦੇ ਸੀ ਜਿਹੜੇ ਕੱਪੜੇ ਦੇ ਨਾਲ ਅਸੀਂ ਉਸ ਆਟੇ ਨੂੰ ਕਵਰ ਕਰਦੇ ਸੀ ਢੱਕਦੇ ਸੀ ਉਹਨੂੰ ਪੋਣਾ ਕਹਿੰਦੇ ਸੀ ਪੋਣਾ ਮਤਲਬ ਇੱਕ ਕਲੋਥ ਜਿਹੜਾ ਹੈਗਾ ਜਿਹਦੇ ਨਾਲ ਅਸੀਂ ਉਹਨੂੰ ਢੱਕਦੇ ਸੀ ਹੌਲੀ ਜਦੋਂ ਰੋਟੀਆਂ ਬਣ ਕੇ ਤਿਆਰ ਹੋ ਗਈਆਂ ਤਾਂ ਰੋਟੀਆਂ ਚੰਗਿਆਰ ਦੇ ਵਿੱਚ ਰੱਖੀਆਂ ਜਾਂਦੀਆਂ ਸੀ ਚੰਗੇਰ ਵੀ ਆਪਾਂ ਕਾਫੀ ਸਾਰੇ ਜੜੀ ਹੈਗੀ ਕਿ ਸੁਣੀ ਹੈਗੀਆਂ ਹੁਣ ਵੀ ਜਦੋਂ ਵਿਆਹ ਸ਼ਾਦੀ ਹੁੰਦਾ ਇੱਕ ਰੰਗ ਤਰ ਦਾ ਜਿਹੜਾ ਹੈਗਾ ਕਿ ਉਹ ਲੈ ਕੇ ਆਦੇ ਉਹਨੂੰ ਮੈਂ ਭਾਂਡਾ ਹੀ ਕਹਿ ਸਕਦਾ ਹੈਗਾ ਕਿ ਉਹ ਬੇਸਿਕਲੀ ਤੇ ਜੜੀ ਹੈਗੀ ਆ ਡੱਬ ਦੇ ਜਾਂ ਇਸ ਤਰ੍ਹਾਂ ਦਾ ਕੋਈ ਫਾਈਬਰ ਜਿਹੜਾ ਹੈਗਾ ਬਈ ਘਾ ਜਿਹੜਾ ਹੈਗਾ ਉਹਦੇ ਤੋਂ ਜੜੀ ਉਹ ਬਣਾਈ ਜਾਂਦੀ ਸੀ ਲੇਡੀਜ਼ ਜੜੀਆਂ ਹੈਗੀਆਂ ਔਰਤਾ ਆਪ ਹੀ ਘਰ ਦੇ ਵਿੱਚ ਬਣਾ ਲੈਂਦੇ ਸੀ ਮੈਂ ਆਪਣੀ ਮਦਰ ਨੂੰ ਵੀ ਬਣਾਉਂਦਿਆਂ ਬਹੁਤ ਵਾਰੀ ਵੇਖਿਆ ਤੇ ਉਹ ਅਲੱਗ-ਅਲੱਗ ਰੰਗਾਂ ਦੀ ਬਣਾਉਂਦੇ ਸੀ ਬਹੁਤ ਵਧੀਆ ਹੁੰਦੀ ਸੀ ਉਹਨੂੰ ਕਹਿੰਦੇ ਫੁੱਲਾਂ ਭਰੀ ਚੰਗੇਰ ਵੀ ਕਈ ਵਾਰੀ ਆਪਾਂ ਗਾਣਿਆਂ ਦੇ ਵਿੱਚ ਸੁਣਦੇ ਆ ਗਿਆ ਉਹ ਚੰ ਵਦਿਆ ਜਾਂ ਸੋਨਾ ਜਾਂ ਹਲਕਾ ਜਾਂ ਇੱਕ ਭਾਂਡਾ ਹੁੰਦਾ ਹੈਗਾ ਜਿਹਨੂੰ ਆਪਾਂ ਚੰਗੀਰ ਕਹਿ ਦਿੰਦੇ ਹੈਗੇ ਆ ਤੋ ਇਸੇ ਤਰ੍ਹਾਂ ਜੇ ਆਪਾਂ ਰਸੋਈ ਦੀ ਹੀ ਗੱਲ ਥੋੜੀ ਹੋਰ ਕਰੀਏ ਤੇ ਜਿਹਦੇ ਵਿੱਚ ਦੁੱਧ ਕਾੜਿਆ ਜਾਂਦਾ ਸੀ ਇਵੇਂ ਕਿ ਜਿਹੜਾ ਪਹਿਲਾ ਖਾਣਾ ਹੁੰਦਾ ਸੀ ਨਾ ਉਹ ਬਹੁਤ ਸਵਾਦ ਹੁੰਦਾ ਸੀ ਉਹਦਾ ਸਵਾਦ ਦਾ ਕਾਰਨ ਇਹ ਹੁੰਦਾ ਸੀ ਕਿ ਉਹ ਸਲੋ ਜਿਹੜੀ ਹੈ ਫਲੇਮ ਦੇ ਉੱਤੇ ਬੰਦਾ ਹੈ ਫਲੇਮ ਹੀ ਕਹਿੰਦੀ ਉਹ ਸਲੋ ਅੱਗ ਦੇ ਉੱਤੇ ਬੰਦਾ ਸੀ ਜੇ ਆਪਾਂ ਦੁੱਧ ਦੀ ਗੱਲ ਕਰੀਏ ਤਾਂ ਉਹ ਕਾੜਨੀ ਦੇ ਵਿੱਚ ਜਿਹੜਾ ਹੈਗਾ ਕਿ ਦੁੱਧ ਰੱਖਿਆ ਜਾਂਦਾ ਸੀ ਹੌਲੀ ਹੌਲੀ 2 3 4 5 ਘੰਟਿਆਂ ਦੇ ਵਿੱਚ ਜਿਹੜਾ ਹੈਗਾ ਕਿ ਉਹ ਦੁੱਧ ਜਿਹੜਾ ਹੈਗਾ ਕਿ ਬੋਇਲ ਹੁੰਦਾ ਸੀ ਜਾਂ ਉਹਨੂੰ ਮਤਲਬ ਵੀ ਗਰਮ ਕੀਤਾ ਜਾਂਦਾ ਸੀ ਉਹਦੇ ਉੱਤੇ ਬੜੀ ਮੋਟੀ ਜਿਹੜੀ ਮਲਾਈ ਵੀ ਆ ਜਾਂਦੀ ਸੀ ਉਹ ਜਿਹੜੇ ਬਰਤਨ ਦੇ ਵਿੱਚ ਦੁੱਧ ਜਿਹੜਾ ਹੈਗਾ ਉਹ ਗਰਮ ਕੀਤਾ ਜਾਂਦਾ ਸੀ ਉਹਨੂੰ ਕਾੜ ਨਹੀਂ ਕਿਹਾ ਜਾਂਦਾ ਸੀ ਤਾਂ ਉਹ ਜਿਹੜੀ ਕਾੜ ਨਹੀਂ ਹੁੰਦੀ ਆ ਬੇਸਿਕਲੀ ਉਹ ਮਿੱਟੀ ਦੀ ਬਣੀ ਜਾਂਦੀ ਉਹਨੂੰ কুমਹਾਰ ਬਣਾਉਂਦਾ ਸੀ ਮਿੱਟੀ ਦਾ ਘੜ ਕੇ ਫਿਰ ਉਹਨੂੰ ਗਰਮ ਕਰਕੇ ਥੋੜੀ ਜਿਹੀ ਜਿਹੜੀ ਹੈਗੀ ਆ ਕਿ ਉਹ ਸਖਤ ਸੋਲਿਡ ਜਿਹੜੀ ਹੈਗੀ ਉਹ ਸ਼ੇਪ ਲੈ ਲੈਂਦਾ ਸੀ ਜਿਹੜਾ ਕਿ ਆਪਾਂ ਆਮ ਤੌਰ ਤੇ ਦੇਖਿਆ ਕਿ ਲਾਲ ਚੇ ਰੰਗ ਦੀ ਜਾਂ ਫਿੱਕੇ ਜਿਹੇ ਰੰਗ ਦੀ ਕਾੜ ਨਹੀਂ ਹੁੰਦੀ ਹੈਗੀ ਆ ਉਸ ਕਾੜ ਦੀ ਦੇ ਵਿੱਚ ਜਿਹੜਾ ਹੈਗਾ ਕਿ ਉਹ ਦੁੱਧ ਨੂੰ ਉਬਾਲਿਆ ਜਾਂਦਾ ਸੀ ਤਾਂ ਇਹ ਅੱਜ ਆਪਾਂ ਜਿਹੜੇ ਸ਼ਬਦ ਦੇਖੇ ਨੇ ਉਹ ਕਿਹੜੇ ਹੈਗੇ ਨੇ ਰਸੋਈ ਸ਼ਬਦ ਆਪਾਂ ਸਿੱਖਿਆ ਹੈਗਾ ਚੁੱਲਾ ਆਪਾਂ ਸ਼ਬਦ ਸਿੱਖਿਆ ਹੈਗਾ ਪ੍ਰਾਤ ਦਾ ਆਪਾਂ ਜਿਹੜਾ ਜਾਣਿਆ ਹੈਗਾ ਪ੍ਰਾਤ ਕੀ ਹੁੰਦੀ ਹੈ ਇਸੇ ਤਰ੍ਹਾਂ ਪ੍ਰਾਤ ਦੇ ਉੱਤੇ ਜਿਹੜਾ ਆਪਾਂ ਆਟਾ ਗੁੰਨ ਕੇ ਜਿਹੜਾ ਉੱਤੇ ਦੇਂਦੇ ਹੈਗੇ ਉਹਨੂੰ ਪੋਣਾ ਆਪਾਂ ਕਹਿੰਦੇ ਹੈ ਕਿ ਆ ਤੋ ਇਸੇ ਤਰ੍ਹਾਂ ਆਪਾਂ ਚੰਗੀਰ ਦੀ ਗੱਲ ਜਿਹੜੀ ਹੈਗੀ ਸਿੱਖੀ ਹੈਗੀ ਆ ਵੀ ਚੰਗੀਰ ਕਿਨੂੰ ਕਹਿੰਦੇ ਹੈ ਕਿ ਨਾ ਤੋ ਇਸੇ ਤਰ੍ਹਾਂ ਆਪਾਂ ਗੱਟਨੀ ਦੀ ਗੱਲ ਵੀ ਸਿੱਖੀ ਹੈਗੀ ਆ ਤੋ ਜਿਆਦਾ ਤੁਹਾਡੇ ਦਿਮਾਗ ਦੇ ਉੱਤੇ ਆਪਾਂ ਬੋਝ ਨਹੀਂ ਪਾਣਾ ਛੋਟੇ ਛੋਟੇ ਵੀਡੀਓਜ਼ ਦੇ ਵਿੱਚ ਜਿਹੜਾ ਹੈਗਾ ਕਿ ਇਹ ਆਪਾਂ ਲੰਮਾ ਸਫ਼ਰ ਤੁਹਾਡੇ ਨਾਲ ਤੈਅ ਕਰਾਂਗੇ ਅਗਰ ਤੁਹਾਨੂੰ ਸਾਡਾ ਪ੍ਰੋਗਰਾਮ ਚੰਗਾ ਲੱਗਦਾ ਹੈ ਲਾਈਕ ਤੇ ਤੁਸੀਂ ਕਰ ਹੀ ਦੇਣਾ ਪਰ ਸ਼ੇਅਰ ਵੀ ਜ਼ਰੂਰ ਕਰਿਓ ਤਾਂ ਕਿ ਜਿਹੜੇ ਹਨ ਕਿ ਬਾਕੀ ਲੋਕ ਵੀ ਇਹਨਾਂ ਸ਼ਬਦਾਂ ਤੋਂ ਜਾਣੂ ਹੋ ਸਕਣ ਅਗਰ ਤੁਹਾਡੇ ਕੋਲ ਕੋਈ ਉਹੋ ਜਿਹਾ ਸ਼ਬਦ ਹੈਗਾ ਜਿਹੜਾ ਤੁਸੀਂ ਚਾਹਦੇ ਹੈ ਕਿ ਕਿ ਆਪਾਂ ਉਹਦੀ ਪ੍ਰੋਗਰਾਮ ਦੇ ਵਿੱਚ ਗੱਲ ਕਰੀਏ ਤੇ ਜੇ ਤੁਸੀਂ ਸ਼ਬਦ ਲਿਖ ਕੇ ਕਮੈਂਟ ਦੇ ਵਿੱਚ ਭੇਜਦੇ ਤਾਂ ਬਹੁਤ ਵਧੀਆ ਗੱਲ ਹੈ ਜੇ ਨਾਲ ਫੋਟੋ ਵੀ ਉਹਦੀ ਭੇਜ ਦਿੱਤੇ ਸੋਨੇ ਤੇ ਸੁਹਾਗੇ ਵਾਲੀ ਗੱਲ ਹੋ ਜਾਗੀ ਅਗਲੇ ਪ੍ਰੋਗਰਾਮ ਚ ਫਿਰ ਮਿਲਦੇ ਆ ਜੀ ਧੰਨਵਾਦ